हाँ जी भाई जी, सारे सत श्रीकाल जी। संदीप डे फैन तुहाडा बहुत बहुत वेलकम है जी। अज भी जी विजिट हैगी अपनी पिंड छूरा जी, जिला अमृतसर पैंदा, नेड़े अटारी बार्डर पैंदा जी। इन्हें वीर अगे बहुत सारी वीडियो बनाई जी, आप बहुत वधिया पशु होंगे जी, रेट भी बिल्कुल जायज़ जी हुंदा। अज फिर इन्हां नूं कुछ पशु सेल है जी, तो आओ हुण बाई जी आप गलबात करते जी, की प्राइस ते की मिलिंग रिकॉर्ड आ। उस तो पहले भी जी रिक्वेस्ट करना तुहानू कि जिहड़े वीर पहले वीडियो वेख रहे आ, उन्होंने वीर रिक्वेस्ट है कि अपने चैनल सबसक्राइब कर जी, तो घंटी बटन जो दबा ता कि नवी वीडियो आ सके। भी जी एक होर रिक्वेस्ट आ, इतने आओ, दो टाइम की चवाई करो, पास करो, ठीक है ना, पूरी तसली लैके जाओ। तो आओ हम भाई जी ने गलबात करते जी हम। हाँ जी भाई जी, सत श्रीकाल जी। सत श्रीकाल वीर जी, होर की हाल जी? ठीक ठाक, तुसी सुनाओ भाई जी? वधिया ठीक ठाक जी, चल रहा वधिया काम जी? हाँ जी हाँ जी, वधिया वधिया। हाँ तो फिर ਚੰਗੀਆਂ ਵਿੱਚ ਚੰਗੀਆਂ ਲੈਣ ਲੱਗ ਜਾਂਦੇ। ਹਾਂਜੀ ਹਾਂਜੀ, ਤੁਸੀਂ ਤਿੰਨ ਚਾਰ ਦਿਨ ਲੇਟ ਕਰਤਾ ਰਾਜਸਥਾਨ ਜੀ? ਹਾਂਜੀ ਹਾਂ, ਤੇ ਫਿਰ ਕਿਹੜੇ ਲੱਕ ਲੈ ਕੇ ਨੇ ਵੀ ਦੀ? ਇਹ ਰਾਜਸਥਾਨ ਲੈਂਦੀਆਂ ਜੀ, ਰਾਜਸਥਾਨ ਤੋਂ ਲੈ ਕੇ। ਦੋ ਹੀ ਲੈ ਕੇ ਨੇ, ਹੋਰ ਵੀ ਲੈ ਕੇ ਨੇ? ਨਹੀਂ ਲੈਂਦੀ, ਇੱਕ ਮਜ ਨਾਲ ਹੋਰ ਸੇਲ ਹੋ ਗਈ। ਅੱਛਾ ਠੀਕ ਹੈ ਜੀ। ਚਲੋ ਕਿੰਨੇ ਵਜੇ ਸੇਲ ਹੈ ਜੀ ਭਾਜੀ? ਫਿਰ ਅੱਜ ਪੰਜ ਜੀ, ਪੰਜ ਆ ਜੀ। ਹਾਂਜੀ ਚਲੋ ਵੀ ਜੀ, ਐਡਰੈਸ ਬੋਲੋ ਫਿਰ ਆਪਣਾ। ਵੀਪੀਓ ਸ਼ੂਰਾ ਤੋਂ ਸੀ ਜੀ ਨਾਲਾ। ਹਾਂਜੀ, ਡਿਸਟ੍ਰਿਕਟ ਅੰਮ੍ਰਿਤਸਰ। ਠੀਕ ਹੈ ਜੀ, ਨਾਮ ਮਨਜੋਤ ਸਿੰਘ। ਮਨਜੋਤ ਸਿੰਘ, ਹਾਂਜੀ। ਤੇ ਫੋਨ ਨੰਬਰ? 18 किलो तीजा सुबह सुनी है, ठीक है। तो खोलो भीर जी फिर, दस दिन लै जाओ घटो ना जी। तो खोलो जी, तो वेखो जी बहुत वड्डी मज्ज है, नाले है भी रास्ता नहीं है। बाकी लेवा देखो जी, आ देखो एक मिनट, आ देखो हजे तैयार होना मज्ज ने पूरा। इधर लियाओ भी जी, आ देखो जी, आ देखो दुध वाली मज्ज है जी। हाँ जी बिल्कुल, आ देखो, आ देखो इधर लियाओ जी, इधर लै चलो। ਵੀ ਜੀ ਪਾਸ ਥੱਲੋ ਹੈਗੀ ਵੀ ਓਕੇ ਜੀ? ਹਾਂ ਜੀ ਪੂਰੀ ਓਕੇ ਭਾਈ, ਪੋਲੀ ਚਵਾਈ ਜੀ। ਆ ਦੇਖੋ ਜੀ, ਠੀਕ ਹੈ ਜੀ। ਤੇ ਵੀ ਜੀ ਫਿਰ ਇਹਦੀ ਕੀਮਤ ਕੀ ਹੈ ਜੀ? ਇਹਦੀ ਕੀਮਤ ਵੀਰ ਜੀ 95000 ਕਰਦੇ ਆ। 95000 ਰੁਪਿਆ, ਬਾਕੀ ਮੌਕੇ ਕੋ ਥੋੜਾ ਬਹੁਤਾ ਮਾਨ ਤਾਂ ਜੀ ਥੋੜਾ ਬਹੁਤਾ ਜੀ ਮਾਨ ਕਰਦਾ। ਉਧਰ ਆਏ, ਉਧਰ ਲਿਆਓ ਜੀ। ਇਹ ਕਿਹੜਾ ਸੂਆ ਹੈ ਜੀ? ਦੂਜਾ ਸੂਆ ਹੈ ਆ। ਦੂਜਾ ਸੂਆ, ਹਾਂਜੀ ਇਹ ਵੀ ਉਧਰ ਹੀ ਆਈ ਹੈ ਜੀ? ਹਾਂਜੀ ਉਧਰ ਆਈ ਜੀ। ਠੀਕ ਹੈ ਜੀ, ਇਹ ਸੂਈ ਹੈ ਜੀ? ਇਹ ਵੀ, ਹਾਂਜੀ ਸੂਈ ਜੀ। ਇਹ ਦੁੱਧ ਕਿੰਨਾ ਤਿਆਰ ਹੈ ਜੀ? ਦੁੱਧ 12 ਲੀਟਰ ਤਿਆਰ ਜੀ ਥੱਲੇ। ਇਸ ਟਾਈਮ 12 ਕਿਲੋ ਦੁੱਧ ਹੈ? 4 ਕਿਲੋ ਹੈ ਜੀ। ਅੱਛਾ, ਬੋੜਾ ਹੀ ਹੈ ਜੀ? ਹਾਂਜੀ। ਤੇ ਇਹ ਵੀ ਖੋਲੋ ਵੀਰ ਜੀ। ਤੇ ਬਾਜੀ ਫਿਰ ਕਿੰਨਾ ਕਿ ਫਿਰ ਕਰੂਗੀ ਦੁੱਧ ਜੀ? ਫਿਰ ਇਹ ਦੁੱਧ 15 16 ਕਿਲੋ ਕਰ, 15 16 ਕਿਲੋ ਕਰੂਗੀ। ਠੀਕ ਆ, ਵੀ ਦੇਖੋ ਜੀ, ਇਹ ਵੀ ਮੈਂ ਬਹੁਤ ਸੋਹਣੀ ਆ, ਬਿਲਕੁਲ ਜੈੱਡ ਬਲੈਕ ਹੈ ਜੀ। ਤਾਂ ਬਾਕੀ ਥਾਂ ਲਿਆ ਵੇ ਦੇਖੋ ਜੀ, ਆ ਦੇਖੋ ਹੈ ਜੀ, ਕੱਟੀ ਵੀ ਮੈਂ ਜੈੱਡ ਬਲੈਕ, ਕੱਟੀ ਵੀ ਠੀਕ ਹੈ ਜੀ। ਆ ਦੇਖੋ, ਆ ਦੇਖੋ, ਲਿਆਓ ਵੀ ਜੀ, ਲਿਆ ਲਿਆ ਬਾਸ ਲਿਆ। ਇਹ ਚਵਾਈ ਜੋ ਠੀਕ ਹੈ ਵੀਰ ਜੀ? ਬਿਲਕੁਲ ਆ ਦੇਖੋ, ਠੀਕ ਹੈ ਜੀ। ਤੇ ਭਾਜੀ ਫਿਰ ਇਹਦੀ ਕੀਮਤ ਜੀ? 98000 ਰੁਪਇਆ, ਮਾਨਸਰ ਇਹਦੇ ਵਿੱਚ ਵੀ ਹੋਊਗਾ। ਠੀਕ ਹੈ ਜੀ, ਦੇਖੋ ਜੀ ਦੋਵੇਂ ਬਹੁਤ ਮਹੀਆਂ ਸੋਹਣੀਆਂ, ਨਾਲੇ ਹੈ ਵੀ ਰਾਜਸਥਾਨ ਦੇ ਮਹੀਆਂ ਦੋਵੇਂ ਜੀ। ਠੀਕ ਹੈ ਜੀ, ਸੋਹਣੀਆਂ ਮੱਝਾਂ ਮੋਹਰਾਂ ਨੇ ਪਿਓਰ ਵਿੱਚ। ਠੀਕ ਹੈ ਜੀ, ਆ ਵੇਖੋ ਇੱਕ ਵਾਰੀ ਫਿਰ ਲਿਖੋ ਥਾਲੇ ਫਿਰ ਚੈੱਕ ਕਰੋ। ਠੀਕ ਹੈ ਜੀ, ਇਹ ਹਜੇ ਮੱਝ ਲੈ ਜੂ ਕੁੜੇ 10-12 ਦਿਨ ਤੇ ਪੂਰਾ ਲੇਵਾ ਬਣਾਊਗੀ ਹੈ ਜੀ ਹਜੇ ਪਿੱਛੋਂ ਜੀ। ਠੀਕ ਹੈ ਜੀ, ਆ ਜਾਓ ਇੱਧਰ ਆ ਜਾਓ। ਆ ਗਾਂ ਬਾਰੇ ਦੱਸੋ ਜੀ? ਪਹਿਲੇ ਸੂਏ ਹੈ ਗਾਂ ਜੀ? ਇਹ ਸੂਈ ਹੈ ਜੀ? ਹਾਂਜੀ, ਪਹਿਲੇ ਸੂਈ ਬੱਚੀ ਜੀ ਮਗਰ। ਅੱਛਾ, ਬੱਚੀ ਆ ਮਗਰ, ਇਹ ਵੀ ਖੋਲ ਲੈ ਜੀ, ਹੈਗਾ ਇਸ ਟਾਈਮ ਇਹ ਵੀ ਖੋਲੋ ਜੀ। ਤੇ ਵੀ ਜੀ ਫਿਰ ਸਵੇਰ ਚਵਾਈ ਟਾਈਮ ਤੁਹਾਡਾ ਜੀ? 5:30 ਵਜੇ। 5:30 ਟਾਈਮ ਤਾਂ ਮਤਲਬ 4 ਵਜ ਚੁੱਕੇ ਆ। ਆ ਦੇਖੋ ਜੀ, ਖੋਲੋ ਜੀ, ਆ ਦੇਖੋ ਜੀ, ਆ ਦੇਖੋ ਜੀ, ਲੰਮੀ ਤੋਲ ਇੱਧਰ ਨੂੰ, ਆ ਦੇਖੋ ਜੀ, ਮੱਛੀ ਆ ਮਗਰ ਆ ਨਾ ਜੀ। ਲਿਆਓ ਵੀ ਜੀ, ਲਿਆਓ ਬਸ। ਤਾਂ ਭਾਅ ਜੀ ਫਿਰ ਇਹਦੀ ਕੀਮਤ? 35000 ਰੁਪਇਆ, ਇਹਦੇ ਮਾਨਤਨ ਹੋ ਜੂਗਾ ਹੈ ਨਾ। ਠੀਕ ਹੈ ਜੀ, ਅਤੇ ਹਜੇ ਵਧੂ ਦੁੱਧ ਹਜੇ ਹੋਰ ਦਾ ਜੀ? 15 ਕਿਲੋ ਕਰ ਜੂਗਾ ਹੈ ਨਾ ਜੀ। ਇੱਧਰ ਆ ਜਾਓ, ਬੰਦ ਵੀਰ ਜੀ ਬੰਦ। ਇਹ ਗੱਬਣ ਹੈ ਜੀ? ਨਹੀਂ ਸੂਈ ਆ, ਇਹ ਵੀ ਸੂਈ ਆ। ਅੱਛਾ ਜੀ, ਬਿਲਕੁਲ ਸੀਲ ਠੰਡੀ ਹੈ ਜੀ? ਬਿਲਕੁਲ।
एक हफ्ता लै जो है ना जी सोहनी बैड है जी अभी देखो आ देखो लै जी लम्बी चलो आ देखो जी बल जी ते बाजी फरेंदी कीमत जी पशु बी को फिर भी जी इतने आके आपकी इतने दो टाइम की चवाई करो आके कहने भाई सही है कि नहीं जी आज भीर जी आज पूरी तसली करके लग जाए जी हाँ जी हाँ बिल्कुल जी बिल्कुल चलो भी जी फिर नंबर फिर बोल दो जी अपना 9765 हाँ जी यही नंबर व्हाट्सएप।